Like the video, subscribe to the channel and press the bell icon for latest video update. ਜਿਹੜੀ ਪ੍ਰਕਿਰਿਆ ਹੀ ਕੋਈ ਨਹੀਂ ਜਿਹੜੀ ਪੰਜਾਬ ਸਰਕਾਰ ਆ ਹਾਲਾਂਕਿ 6 ਸਾਲ ਦੇ ਅੱਜ ਕੀ ਜਿਹੜੇ ਅਵਾਰਡ ਦਿੱਤੇ ਆ ਇਹਦੇ ਵਿੱਚ 6 ਕਰੋੜ ਰੁਪਇਆ ਖਰਚ ਹੋਣਾ ਹੈ ਪ੍ਰਕਿਰਿਆ ਕੋਈ ਨਿਸ਼ਚਿਤ ਹੀ ਨਹੀਂ ਇਹੀ ਤਾਂ ਜਿਹੜੇ ਲੋਕ ਨੇ ਉਹ ਰਹਿ ਵੀ ਜਾਂਦੇ ਨੇ ਜਿਹੜੇ ਡਿਜ਼ਰਵਿੰਗ ਨੇ ਉਹ ਰਹਿ ਜਾਂਦੇ ਨੇ ਔਰ ਇਸੇ ਕਰਕੇ ਆਲੋਚਨਾ ਹੁੰਦੀ ਹੈ ਵੀ ਇਹਦਾ ਕੋਈ ਪੰਜਾਬ ਸਰਕਾਰ ਨੇ ਸਿਸਟਮ ਹੀ ਨਹੀਂ ਬਣਾਇਆ ਜੇ 1 ਕਰੋੜ ਰੁਪਇਆ ਤੁਸੀਂ ਰਾਸ਼ੀ ਖਰਚਣੀ ਆ ਹਰ ਸਾਲ ਤਾਂ ਪਹਿਲਾਂ ਤੁਹਾਨੂੰ ਨਿਯਮ ਬਣਾਉਣੇ ਚਾਹੀਦੇ ਨੇ ਵੀ ਕਿਹੜੇ ਕਿਹੜੇ ਲੇਖਕ ਨੂੰ ਦੇਣਾ ਹੁਣ ਕਿਸੇ ਨੂੰ ਨਹੀਂ ਪਤਾ ਕਦੇ ਕਿਸੇ ਨੂੰ 1 ਕਿਤਾਬ ਵਾਲੇ ਨੂੰ ਦੇ ਦਿੱਤਾ ਜਾਂਦਾ ਕਿਸੇ ਦੀਆਂ 50-50 ਕਿਤਾਬਾਂ ਉਹਨੂੰ ਮਿਲਦਾ ਨਹੀਂ ਕਿਸੇ ਨੇ 40 ਸਾਲ ਦੀ ਕੰਟਰੀਬਿਊਸ਼ਨ ਹੈ ਉਹਨੂੰ ਮਿਲਿਆ ਨਹੀਂ ਕਿਸੇ ਨੂੰ 1 ਸਾਲ 'ਚ ਹੀ ਮਿਲ ਜਾਂਦਾ ਪਹਿਲੇ ਸਾਲ ਹੀ ਇਹ ਐਤਕੀ ਹੋਇਆ ਇੱਕ ਬੀਬੀ ਨੇ 2019 'ਚ 2 ਕਿਤਾਬਾਂ ਲਿਖੀਆਂ ਔਰ ਉਹਨੂੰ ਅਵਾਰਡ ਮਿਲ ਗਿਆ ਜਿਹੜੇ 55 ਸਾਲ ਵਾਲੇ ਆ ਉਹ ਕਹਿ ਰਹੇ ਆ ਵੀ 55-55 ਪੁਸਤਕਾਂ ਵਾਲੇ ਆ ਉਹ ਕਹਿੰਦੇ ਨੇ ਵੀ ਸਾਨੂੰ ਮਿਲਿਆ ਨਹੀਂ ਦਰਸ਼ਕੋ ਮਾਂ ਬੋਲੀ ਪੰਜਾਬੀ ਸਾਨੂੰ ਬਹੁਤ ਪਿਆਰੀ ਹੈਗੀ ਆ ਹਮੇਸ਼ਾ ਸੈਮੀਨਾਰ ਵੀ ਕਰਦੇ ਆ ਲੋਕੀ ਬਹੁਤ ਸਾਰੇ ਫੰਕਸ਼ਨ ਵੀ ਕਰਦੇ ਆ ਪਰ ਜਦੋਂ ਕੁਛ ਕੁ ਲੋਕ ਸਰਕਾਰ ਨਾਲ ਮਿਲ ਕੇ ਮਾਂ ਬੋਲੀ ਪੰਜਾਬੀ ਦੇ ਇਨਾਮਾਂ ਨੂੰ ਗਲਤ ਤਰੀਕੇ ਨਾਲ ਜਾਂ ਜਗਾੜੂ ਤਰੀਕੇ ਨਾਲ ਲੈਣੇ ਦੀ ਕੋਸ਼ਿਸ਼ ਕਰਦੇ ਆ ਫਿਰ ਉਹ ਜਿਹੜੇ ਪੰਜਾਬੀ ਲਵਰਸ ਹੈ ਮਾਂ ਬੋਲੀ ਪੰਜਾਬੀ ਵਾਲਿਆਂ ਨੂੰ ਤਕਲੀਫ ਹੁੰਦੀ ਵੀ ਸਾਡੇ ਸਿਸਟਮ ਵਿੱਚ ਕੀ ਹੋ ਰਿਹਾ ਹੈਗਾ ਖਾਸ ਤੌਰ ਤੇ ਜਦੋਂ ਵੀ ਭਾਸ਼ਾ ਵਿਭਾਗ ਪੰਜਾਬ ਜਿਹੜੇ ਹਰ ਸਾਲ ਇਨਾਮ ਦਿੰਦਾ ਹੈਗਾ ਪੰਜਾਬੀ ਭਾਸ਼ਾ ਦੇ ਪ੍ਰਮੋਸ਼ਨ ਲਈ ਪਸਾਰ ਲਈ ਉਹਦੇ ਵਿੱਚ ਸ਼ਿਕਾਇਤਾਂ ਬਹੁਤ ਆਉਂਦੀਆਂ ਹੈਗੀਆਂ ਕਿ ਅਸੀਂ ਟਰਾਂਸਪਰੈਂਟ ਤਰੀਕਾ ਨਹੀਂ ਡਿਵੈਲਪ ਕਰ ਸਕਦੇ ਜਿਹਦੇ ਵਿੱਚ ਕਿਸੇ ਨੂੰ ਕੋਈ ਸ਼ਿਕਾਇਤ ਨਾ ਹੋਵੇ ਇਹੋ ਸਾਡਾ ਗੱਲਬਾਤ ਦਾ ਵਿਸ਼ਾ ਹੈਗਾ ਸਾਡੇ ਨਾਲ ਲੁਧਿਆਣਾ ਤੋਂ ਆਨਲਾਈਨ ਜੁੜੇ ਨੇ ਸ਼੍ਰੀ ਮਿੱਤਰ ਸੈਨ ਮੀਤ ਜੀ ਜੋ ਕਿ ਰਿਟਾਇਰਡ ਡਿਸਟ੍ਰਿਕਟ ਅਟਾਰਨੀ ਹੈਗੇ ਆ ਤੇ ਬਹੁਤ ਹੀ ਪੰਜਾਬੀ ਲਵਰ ਹੈਗੇ ਆ ਇਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ ਲਾਅ ਤੇ ਵੀ ਲਿਖੀਆਂ ਹੈਗੀਆਂ ਲਿਟਰੇਚਰ ਤੇ ਵੀ ਲਿਖੀਆਂ ਹੈਗੀਆਂ ਇਹਨਾਂ ਨੂੰ ਨੈਸ਼ਨਲ ਸਾਹਿਤ ਅਕੈਡਮੀ ਵੱਲੋਂ ਇਨਾਮ ਵੀ ਮਿਲ ਚੁੱਕੇ ਹੈਗੇ ਮੀਤ ਜੀ ਸਾਡੇ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈਗਾ ਮਿਹਰਬਾਨੀ ਜੀ ਧੰਨਵਾਦ ਬੜਾ ਤੁਹਾਡਾ ਇੱਕ ਅਜੀਬ ਕੰਬੀਨੇਸ਼ਨ ਕਿੱਥੋਂ ਤੁਸੀਂ ਲਾਅ ਦੇ ਡਿਸਟ੍ਰਿਕਟ ਅਟਾਰਨੀ ਰਿਟਾਇਰ ਹੋਏ ਹੋ ਤੇ ਪੰਜਾਬੀ ਲਵਰ ਵੀ ਇੰਨੇ ਜ਼ਿਆਦਾ ਹੋ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਇਹਦੀਆਂ ਸੇਵਾ ਕਰਦੇ ਰਹੋ ਨਾਲ ਤੁਸੀਂ ਇੱਕ ਬੜੇ ਰੈਵੋਲੂਸ਼ਨਰੀ ਰਾਈਟਰ ਹੋ ਜਿੱਥੇ ਵੀ ਸਮਾਜ ਵਿੱਚ ਕਿਤੇ ਕੁਛ ਤੁਹਾਨੂੰ ਗਲਤ ਹੋ ਰਿਹਾ ਲੱਗਦਾ ਹੈਗਾ ਉਹਨੂੰ ਇਮੀਡੀਏਟਲੀ ਰਿਐਕਟ ਕਰਦੇ ਹੋ ਇਹ ਜਿਹੜੇ ਲੇਟੈਸਟ ਇਨਾਮ ਦਿੱਤੇ ਹੈਗੇ ਪੰਜਾਬੀ ਭਾਸ਼ਾ ਦੇ ਜਿਹੜੇ ਹੈਗੇ ਪੰਜਾਬੀ ਭਾਸ਼ਾ ਵਿਭਾਗ ਵੱਲੋਂ ਇਹਦੇ ਬਾਰੇ ਕੀ ਪ੍ਰਤੀਕਿਰਿਆ ਹੈਗਾ ਕੁਛ ਕੁ ਮੈਨੂੰ ਵੀ ਫੋਨ ਆਏ ਹੈਗੇ ਇਹਦੇ ਵਿੱਚ ਕੰਪਲੀਟ ਟ੍ਰਾਂਸਪਰੈਂਸੀ ਜਾਂ ਫੇਵਰਿਜ਼ਮ ਬਹੁਤ ਹੁੰਦੀ ਹੈਗੀ ਹੈ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਇਹ ਕੋਈ 20-25 ਸਾਲ ਤੋਂ ਪੰਜਾਬ ਸਰਕਾਰ ਪੰਜਾਬੀ ਭਾਸ਼ਾ ਸਾਹਿਤ ਤੇ ਸੱਭਿਆਚਾਰ ਤਿੰਨਾਂ ਨੂੰ ਪ੍ਰਮੋਟ ਕਰਨ ਲਈ ਨਾਲ ਪੰਜਾਬ ਦੇ ਵਿੱਚ ਹਿੰਦੀ ਸੰਸਕ੍ਰਿਤ ਔਰ ਉਰਦੂ ਇਹ ਚਾਰ ਦੀ ਪ੍ਰਮੋਸ਼ਨ ਲਈ ਇਹ ਪੁਰਸਕਾਰ ਦਿੰਦੀ ਹੈ ਵਧੀਆ ਸਾਹਿਤਕਾਰ ਜਿਹੜੇ ਹੁੰਦੇ ਆ ਵਧੀਆ ਸੱਭਿਆਚਾਰ ਦੇ ਵਿੱਚ ਭਾਸ਼ਾ ਲਈ ਜਾਂ ਸਾਹਿਤ ਲਈ ਜੋ ਕੰਟਰੀਬਿਊਟ ਕਰਦੇ ਆ ਉਹਨਾਂ ਲਈ ਇਹਨਾਂ ਨੇ ਉਹਨਾਂ ਨੂੰ ਮਾਨਤਾ ਦੇਣ ਲਈ ਉਹਨਾਂ ਦੀ ਹੌਸਲਾ ਅਫਜਾਈ ਲਈ ਪੰਜਾਬ ਸਰਕਾਰ ਹਰ ਸਰਕਾਰ ਹੋਰ ਜਿਵੇਂ ਸੂਬਿਆਂ ਦੀਆਂ ਦਿੰਦੇ ਆ ਔਰ ਉਹਦੇ ਵਿੱਚ ਨਾਲ ਹੀ ਇਹ ਵੱਡੀ ਗੱਲ ਜਿਹੜੀ ਆਪਾਂ ਗਾਂਹ ਵੀ ਕਰਾਂਗੇ ਵੀ ਪੰਜਾਬ ਦੇ ਵਿੱਚ ਜਿਹੜੇ ਬੈਠੇ ਲੇਖਕ ਨੇ ਜਿਹੜੇ ਹਿੰਦੀ 'ਚ ਵੀ ਲਿਖ ਰਹੇ ਨੇ ਸੰਸਕ੍ਰਿਤ 'ਚ ਵੀ ਲਿਖ ਰਹੇ ਨੇ ਔਰ ਉਰਦੂ 'ਚ ਵੀ ਲਿਖ ਰਹੇ ਨੇ ਕਿਉਂਕਿ ਸਾਡੀਆਂ ਤਿੰਨੇ ਭਾਸ਼ਾਵਾਂ ਇਹ ਵੀ ਇਸ ਸੂਬੇ ਦੇ ਵਿੱਚ ਬੋਲੀਆਂ ਲਿਖੀਆਂ ਪੜ੍ਹੀਆਂ ਜਾਂਦੀਆਂ ਇਹਨਾਂ ਲਈ ਵੀ ਇੱਕ ਇਨਾਮ ਹੈ ਜਿਹੜਾ ਉਹ ਦਿੱਤਾ ਜਾਂਦਾ ਪਰ ਮੁੱਖ ਜਿਹੜੀ ਪ੍ਰਮੁੱਖਤਾ ਹੈ ਉਹ ਪੰਜਾਬੀ ਨੂੰ ਦਿੱਤੀ ਜਾਂਦੀ ਹੈ ਕਿਵੇਂ ਜਿਵੇਂ ਇੱਕ ਸਾਹਿਤ ਰਤਨ ਪੁਰਸਕਾਰ ਹੈ ਜਿਹੜਾ ਉਹ ਪੰਜਾਬੀ ਦੇ ਲੇਖਕਾਂ ਪੱਤਰਕਾਰਾਂ ਕਲਾਕਾਰਾਂ ਨੂੰ ਦਿੱਤਾ ਜਾਂਦਾ ਜਿਹਦੀ ਕੀਮਤ ਜਾਂ ਰਾਸ਼ੀ ਹੈ ਜਿਹੜੀ ਉਹ 10 ਲੱਖ ਰੁਪਏ ਹੈ ਤੇ 13 ਦੇ ਲਗਭਗ ਹੋਰ ਜਿਹੜੇ ਪੁਰਸਕਾਰ ਹੈ ਕਵੀਆਂ ਨੂੰ ਸਾਹਿਤਕਾਰਾਂ ਨੂੰ ਸੱਭਿਆਚਾਰਕ ਰੰਗ ਕਰਮੀਆਂ ਨੂੰ ਇਹਨਾਂ ਨੂੰ ਦਿੱਤੇ ਜਾਂਦੇ ਨੇ ਉਹਨਾਂ ਦੀ ਰਾਸ਼ੀ 5-5 ਲੱਖ ਰੁਪਇਆ ਹੈਗੀ ਹੈ ਹਰ ਸਾਲ ਇਹ ਦਿੱਤੇ ਜਾਂਦੇ ਨੇ ਪੰਜਾਬ ਸਰਕਾਰ ਵੱਲੋਂ ਪਰ ਕਿਉਂਕਿ ਜਿਵੇਂ ਆਮ ਸਰਕਾਰਾਂ ਜਿਹੜੀਆਂ ਹੈਗੀਆਂ ਰੌਲਾ ਪਾਉਂਦੀਆਂ ਵੀ ਸਾਡੇ ਕੋਲ ਪੈਸਾ ਹੈ ਨਹੀਂ ਸਾਡੇ ਖਜ਼ਾਨੇ ਖਾਲੀ ਹੈ ਤਾਂ ਉਸ ਚੀਜ਼ ਦੇ ਬੇਸ ਦੇ ਉੱਤੇ ਪੰਜਾਬ ਸਰਕਾਰ ਨੇ ਆਪਣੇ 4 ਸਾਲਾਂ 'ਚ ਅਤੇ ਉਦੋਂ ਪਹਿਲਾਂ ਅਕਾਲੀ ਸਰਕਾਰ ਨੇ ਜਿਹੜਾ ਸਾਲ ਸੀ ਉਹਨਾਂ ਤੋਂ 6 ਸਾਲ ਤੋਂ ਇਹ ਜਿਹੜੇ ਪੁਰਸਕਾਰ ਸੀ ਇਹ ਲਟਕਦੇ ਆ ਰਹੇ ਸੀਗੇ ਹੁਣ ਪੰਜਾਬ ਸਰਕਾਰ ਨੇ ਇਲੈਕਸ਼ਨ ਨੇੜੇ ਦੇਖ ਕੇ ਜਾਂ ਕਿਸੇ ਹੋਰ ਸਿਆਸੀ ਮਜਬੂਰੀ ਕਾਰਨ ਜਾਂ ਕਿਸਾਨ ਅੰਦੋਲਨ ਕਾਰਨ
कई कारणों भी यह समा क्यों निश्चित किया गया पंजाब सरकार पुरस्कार देने का और एकदम ही दो तीन महीनों की सारी जी प्रक्रिया से वह क्यों की सिरे चाढ़ी ये गल्लां ने जिदे करके होया तो पंजाब सरकार ने एकदम ही फैसला किया भी 16, 17, 18, 19, 20 ये 6 साल के जोड़े पुरस्कार है वो लेखकों सभ्याचारक कामियां पत्रकार वगैरह दिते जाने हूँ क्योंकि जिमें मैं दसिया भी राशि बहुत वड्डी है तो हर साल जोड़े है वो 1 करोड़ के लगभग पंजाब सरकार के जोड़े पैसे है वो खर्च हो गए है तो चाहिए ये भी ये एक बड़ा वधिया सिस्टम है जोड़ा अडोप्ट किया जाए क्योंकि हर लेखक है जोड़ा वो आस बजती है भी पहली गल तो मैं मानता मिले पंजाब सरकार तो मेरे नाल भी श्रोमणी साहित्यकार जां श्रोमणी माया अच्छी हैगी है कोई गल नहीं मैं ओही सवाल स्पेसिफिक आना हैगा अक्सर ये जो भी इनाम वंड होंगे है कितने कंपनी ट्रांसपेरेंसी तो हो नहीं सकती सिस्टम विच पर फिर भी जे देखा जाए ये हर बारी फेयर सिलेक्शन होंगी हैगी जां इहदा की प्रोसीजर है इस रुपया खर्च होना है प्रक्रिया कोई निश्चित ही नहीं यही लोग ने रह भी जाते ने जो डिजर्विंग ने रह जाते ने और इसे करके आलोचना होंगी है बेदा कोई पंजाब सरकार ने सिस्टम ही नहीं बनाया जे 1 करोड़ रुपया राशि खर्चनी है हर साल तो पहला तो नियम बनाने चाहिए ने भी कि लेखक देना है हुण किसी नूं नहीं पता कदे किसी नूं 1 किताब वाले नूं दे दिता जांदा किसी दीआं 50-50 किताबां उहनूं मिलदा नहीं किसी ने 40 साल की कंट्रीब्यूशन है उहनूं मिलिया नहीं किसी नूं 1 साल च ही मिल जांदा पहले साल ही ऐतकी होए है एक बीबी ने 2019 च 2 किताबां लिखियां और उहनूं अवार्ड मिल गया जिहड़े 55 साल वाले है वह कह रहे हैं भी 55-55 पुस्तक वाले है वह कहते हैं भी सानू मिलिया नहीं इस तरह कोई नियम ना होने कारण कोई प्रक्रिया सरकार वालों निश्चित ना होने कारण जां ट्रांसपेरेंसी है जिहड़ा हुण की करती है पंजाब सरकार अज तो कोई 20 साल पहला भाषा विभाग ने अपने एडवाइजरी बोर्ड न बनाने सलाहकार बोर्ड न बनाने एक प्रक्रिया निश्चित की उहदे च उन्होंने कहा सारे यूनिवर्सिटियां अपनियां दो पंजाबी यूनिवर्सिटी गुरु नानक देव यूनिवर्सिटी इन्हां दे वाइस चांसलर लै लो ते जिहड़ियां लेख सभावां ने उन्हां दे नुमाइंदे लै लो अकैडमियां दे नुमाइंदे लै लो पंजाब सरकार दे नुमाइंदे लै लो ये बड़ा सोच समझ के एक बनाया पर वो बोर्ड का काम सी एडवाइज करना भाषा विभाग नूं पंजाब सरकार नूं भाषा दीआं नीतियां बारे भाषा दे प्रोग्रामां बारे उन्हों गाइड करना उदियां जिहड़ियां स्कीमां योजनावां घड़ना ते लागू करना ये उद्देश सीगा पर हुण ये उद्देश तां पूरा करदी नहीं सरकार इसने इस बोर्ड नूं यूज करना शुरू करता पुरस्कार चोन बोर्ड के तौर पर हुण 8-10 साल का यह बोर्ड 6-7 साल तो भंग होया हुआ सीगा पंजाब सरकार ने एकदम जून के 3 जून नूं खबरां लगियां भी पंजाब सरकार ने जिहड़ा बोर्ड है वो सलाहकार बोर्ड वो बनाता है ते सितंबर दे विच आ गई स्क्रीनिंग कमेटी आ गई भी आ स्क्रीनिंग कमेटी बन गई ते 100 दे लगभग इन्हां ने पुरस्कार देने है वो जिहड़े बोर्ड दा उहदी जिहड़ी कंस्टीट्यूशन है वो हैगी है सलाहकार बोर्ड दे तौर ते सलाहकार बोर्ड होर हुंदे है ते जिहड़े चोन बोर्ड ने पुरस्कार जां कोई मुलाजम भर्ती करने हुंदे आपां जाणदे आ ਉਹਦੀ ਪ੍ਰਕਿਰਿਆ ਹੋਰ ਹੁੰਦੀ ਹੈ ਇਹਨਾਂ ਵਿੱਚ ਰੋਕਦਾ ਤੁਹਾਨੂੰ ਮਾਫ ਕਰਨਾ ਦੇਖੋ ਹਰ ਇੱਕ ਡਿਪਾਰਟਮੈਂਟ ਆ ਉਹਦੀ ਇੱਕ ਸਲਾਹਕਾਰ ਬੋਰਡ ਅੰਗਰੇਜ਼ੀ ਵਿੱਚ ਉਹਨੂੰ ਐਡਵਾਈਜ਼ਰੀ ਕਮੇਟੀ ਕਹਿੰਦੀ ਹੈ ਐਡਵਾਈਜ਼ਰੀ ਕਮੇਟੀ ਉਹ ਐਡਵਾਈਸ ਦਿੰਦੇ ਵੀ ਐਦਾਂ ਕਰੋ ਜੇ ਕਰੋ ਉਹ ਕਰੇ ਉਹ ਹੈਡ ਤੋਂ ਉਹਨਾਂ ਦੇ ਐਡਵਾਈਸ ਤੇ ਜਿੰਨੀ ਕੁ ਪੋਸੀਬਲ ਹੈਗੀ ਉਹਦੇ ਹਿਸਾਬ ਨਾਲ ਚੱਲਣਾ ਹੁੰਦਾ ਮੈਂ ਨਿੱਜੀ ਤੌਰ ਤੇ ਮੈਂ ਹੁਣ ਮੇਰੀ ਟਨਿਓਰ ਖਤਮ ਹੋ ਗਈ ਹੁਣ ਮੈਂ ਦੱਸ ਵੀ ਸਕਦਾ मैं 3 साल RTF का मैंबर रहा है रिक्रूटमेंट कमेटी का PTU भी रहा 3 साल वो एक कॉन्फिडेंशियल अपॉइंटमेंट्स होंगे है कोई UPSC का मैंबर है जो
ਜਿਹੜੇ ਮੈਂਬਰ ਹੈਗੇ ਆ ਜਿਹੜੇ ਈਵਨ ਜਿਹੜੇ ਸਲਾਹਕਾਰ ਵਾਲੇ ਹੈਗੇ ਜਾਂ ਜਿਹਨਾਂ ਨੇ ਇਨਾਮ ਵਗੈਰਾ ਦੇਣੇ ਹੁੰਦੇ ਇਹ ਕੌਨਫੀਡੈਂਸ਼ੀਅਲ ਨਹੀਂ ਰਹਿਣਾ ਚਾਹੀਦਾ ਕਿਸੇ ਨੂੰ ਪਤਾ ਨਾ ਲੱਗੇ ਉਹ ਜਦਕਿ ਮੈਨੂੰ ਪਤਾ ਲੱਗਾ ਹੈਗਾ ਉਹ ਜਦੋਂ ਕੋਈ ਬਣ ਜਾਂਦਾ ਉਹ ਦੱਸਦਾ ਹੈਗਾ ਇਸ ਵਾਰੀ ਮੈਂ ਬਣ ਗਿਆ ਮੈਂ ਤੈਨੂੰ ਇਨਾਮ ਦੇਣੇ ਦੀ ਕੋਸ਼ਿਸ਼ ਕਰੂਗਾ ਦੂਜਾ ਕਹਿੰਦਾ ਇਹਨੂੰ ਤੂੰ ਮਿਲ ਲਾ ਤੀਜਾ ਕਹਿੰਦਾ ਇਹਨੂੰ ਤੂੰ ਫਿੱਟ ਕਰ ਲਾ ਇਹਦੇ ਵਿੱਚ ਸੱਚਾਈ ਹੈ ਤੁਹਾਨੂੰ ਲੱਗਦੀ ਸੱਚਾਈ ਪੂਰੀ ਹੈ ਜੀ ਕਿਉਂਕਿ ਪੰਜਾਬ ਸਰਕਾਰ ਨੇ ਜਿਵੇਂ ਦੱਸਿਆ 3 ਜੂਨ ਨੂੰ ਬੋਰਡ ਬਣਿਆ ਉਹ ਸਾਰੇ ਅਖਬਾਰਾਂ ਦੇ ਵਿੱਚ ਉਹ ਬੋਰਡ ਦੀਆਂ ਖਬਰਾਂ ਲੱਗੀਆਂ ਔਰ ਜਿਹੜੇ ਮੈਂਬਰ ਹੈ ਉਹ ਗਵਰਨਮੈਂਟ ਨੇ ਇੱਕ ਤਾਂ ਗਜਟ ਨੋਟੀਫਾਈ ਕਰਤੇ ਗਜਟ ਨੋਟੀਫਿਕੇਸ਼ਨ ਦਾ ਮਤਲਬ ਇਹੀ ਹੁੰਦਾ ਵੀ ਆਹ ਬੰਦੇ ਨੇ ਜਿਹੜੇ ਲੋਕਾਂ ਨੂੰ ਸੂਚਨਾ ਦੇਣੀ ਵੀ ਆਹ ਅਸੀਂ ਬਣਾਤਾ ਫਿਰ ਅਖਬਾਰਾਂ ਦੇ ਵਿੱਚ ਉਹਨਾਂ ਸਾਰੇ ਮੈਂਬਰਾਂ ਦੇ ਨਾਂ ਨੇ ਜਿਹੜੇ ਉਹ ਛਪੇ ਵੀ ਆਹ ਆਹ ਇਸ ਬੋਰਡ ਦੇ ਮੈਂਬਰ ਹੈ ਉਹ ਪੂਰਾ ਹੋ ਗਿਆ ਫਿਰ ਜਦੋਂ ਸਕਰੀਨਿੰਗ ਕਮੇਟੀ ਬਣਾਈ ਇਹਨਾਂ ਨੇ 14 ਮੈਂਬਰਾਂ ਦੀ ਉਹਦੇ ਵਿੱਚ ਉਹਨਾਂ ਦੇ ਨਾਂ ਵੀ ਗਵਰਨਮੈਂਟ ਨੇ ਨੋਟੀਫਾਈ ਕਰੇ ਗਜਟ 'ਚ ਉਹਦੀਆਂ ਵੀ ਖਬਰਾਂ ਸੀ ਜਿਹੜੀਆਂ ਉਹ ਅਖਬਾਰਾਂ ਛਪੀਆਂ ਹਰ ਇੱਕ ਬੰਦੇ ਦਾ ਨਾਂ ਛਪਿਆ ਵੀ ਆਹ ਜਿਹੜੇ ਬੰਦੇ 14 ਨੇ ਇਹ ਸਕਰੀਨਿੰਗ ਕਰਨਗੇ ਇਸ ਤਰ੍ਹਾਂ ਇਹ ਜਿਹੜੀ ਇੱਕ ਸੀਕਰਟ ਨਹੀਂ ਹੈ ਅਪਰੋਚ ਕਰ ਲੱਪਣਗੇ ਜਿਹੜੇ ਇਨਾਮ ਸੀਕਰ ਦੇ ਆ ਬਿਲਕੁਲ ਉਹ ਕਰਦੇ ਨੇ ਇੱਥੋਂ ਤੱਕ ਜਿਹੜੇ ਸੀਕਰ ਆ ਉਹਦਾ ਕਰਦੇ ਹੀ ਨੇ ਜਿਹੜੇ ਦੇਣ ਵਾਲੇ ਆ ਉਹ ਵੀ ਆਪਣੀ ਪੈਂਟ ਬਣਾਉਂਦੇ ਨੇ ਵੀ ਲੈ ਵੀ ਆ ਜਾ ਐਤਕੀ ਆਪਾਂ ਤੈਨੂੰ ਦਿੰਨੇ ਆ ਇਹ ਵੀ ਐਤਕੀ ਆ ਕਈਆਂ ਨੇ ਆਪਣੇ ਬੰਦਿਆਂ ਨੂੰ ਫੋਨ ਕੀਤੇ ਆਪਣੀ ਕ੍ਰੈਡੀਬਿਲਟੀ ਦਾ ਕੁਝ ਵੀ ਨਹੀਂ ਹੈ ਕੀ ਕ੍ਰੈਡੀਬਿਲਟੀ ਖਤਮ ਹੈ ਮਤਲਬ ਜ਼ੀਰੋ ਮੈਂ ਕਹੂੰਗਾ ਪਹਿਲੀ ਗੱਲ ਤਾਂ ਇਸੇ ਗੱਲ ਤੇ ਕੋਈ ਕ੍ਰੈਡੀਟੀਬਿਲਟੀ ਨਹੀਂ ਹੈ ਵੀ ਜਿਹੜੇ ਮੈਂਬਰ ਨੇ ਉਹ ਸਾਰੇ ਤੁਸੀਂ ਅਨਾਊਂਸ ਕਰਤੇ ਐਡਵਾਈਜ਼ਰੀ ਬੋਰਡ ਦੇ ਵੀ ਤੇ ਸਕਰੀਨਿੰਗ ਕਮੇਟੀ ਦੇ ਵੀ ਇਸੇ ਗੱਲ ਤੇ ਹੀ ਇਹ ਜਿਹੜੀ ਚਰਚਾ ਹੋਣ ਲੱਗ ਜਾਂਦੀ ਹੈ ਵੀ ਕਿਵੇਂ ਹੋਊਗਾ ਇੱਕ ਗੱਲ ਦੂਜੀ ਹੁਣ ਜਿਹੜੀ ਪ੍ਰਕਿਰਿਆ ਹੈ ਵੀ ਚੋਣ ਕਿਵੇਂ ਕਰਨੀ ਹੈ ਇਹ ਵੀ ਇੱਕ ਐਡੇ ਐਡੇ ਇਨਾਮ ਦੇਣੇ ਹੈ ਐਡੇ ਐਡੀ ਰਾਸ਼ੀ ਜੇ ਦੇਣੇ ਆ ਇਹਦਾ ਵੀ ਇੱਕ ਸੈੱਟ ਪ੍ਰੋਸੀਜਰ ਹੋਣਾ ਚਾਹੀਦਾ ਕਿਵੇਂ ਵੀ ਕੀ ਤੁਸੀਂ ਭਾਸ਼ਾ ਵਿਭਾਗ ਹੈ ਜਿਹਦੀ ਜ਼ਿੰਮੇਵਾਰੀ ਹੈ ਇਸ ਸਾਰੀ ਪ੍ਰਕਿਰਿਆ ਨੂੰ ਸਿਰੇ ਲਾਉਣ ਦੀ ਉਹਦਾ ਫਰਜ਼ ਬਣਦਾ ਵੀ ਉਹ ਅਖਬਾਰ ਦੇ ਵਿੱਚ ਇੱਕ ਘੱਟੋ ਘੱਟ ਐਡਵਰਟਾਈਜ਼ਮੈਂਟ ਤਾਂ ਦੇਣ ਵੀ ਪੰਜਾਬ ਕਰੋ ਵੀ ਆਹ ਪ੍ਰੋਸੀਜਰ ਹੈ ਇੱਦਾਂ ਦਾ ਕੈਟਾਗਰੀ ਚ ਦੇਣੇ ਸਾਨੂੰ ਇਸ ਡੇਟ ਤੇ ਅਲੋਂਗ ਵਿਦ ਕੰਪਲੀਟ ਡਾਕੂਮੈਂਟਸ ਅਪਲਾਈ ਕਰੋ ਬਿਲਕੁਲ ਕੋਈ ਪ੍ਰੋਸੀਜਰ ਨਹੀਂ ਹੈ ਕਦੇ ਕੋਈ ਐਡ ਨਹੀਂ ਆਉਂਦੀ ਅਸੀਂ ਪੁੱਛਿਆ ਇੱਕ ਦੋ ਨੂੰ ਫੋਨ ਕਰਕੇ ਕਹਿੰਦੇ ਜੀ ਸਾਡੇ ਕੋਲੇ ਬਜਟ ਨਹੀਂ ਹੈ ਐਡਵਰਟਾਈਜ਼ਮੈਂਟ ਦੇਣ ਦਾ ਕਿਉਂਕਿ ਅਖਬਾਰ ਬਜਟ ਕਿੱਥੋਂ ਆ ਜਾਂਦਾ ਇਹ ਹਾਸੋਹੀਣੀਆਂ ਮਤਲਬ ਇੱਕ ਜਿਹੜੀਆਂ ਹੈਗੀਆਂ ਨਾ ਉਹ ਜਿਹਨੂੰ ਕਹਿੰਦੇ ਆ ਲੈਂਦੇ ਨੇ ਰੈਸਕਿਊ ਫਿਰ ਹੁਣ ਕੋਈ ਇਹ ਨਹੀਂ ਹੈਗਾ ਵੀ ਭਾਈ ਇਹ ਜਿਹੜੇ ਅਵਾਰਡ ਦੇ ਨੇ ਉਹਦਾ ਕ੍ਰਾਈਟੀਰੀਆ ਕੀ ਹੈ ਕੀ ਕਿਸੇ ਦਾ ਕੋਈ ਉਮਰ ਦਾ ਕ੍ਰਾਈਟੀਰੀਆ ਹੈ ਕਿਸੇ ਦੀਆਂ ਪੁਸਤਕਾਂ ਛਪਣ ਦਾ ਕ੍ਰਾਈਟੀਰੀਆ ਹੈ ਕਿਸੇ ਦੀਆਂ ਪੁਸਤਕਾਂ ਨਾ ਛਪਣ ਦਾ ਕ੍ਰਾਈਟੀਰੀਆ ਹੈ ਕਿਸੇ ਨੂੰ ਸਾਹਿਤ ਅਕੈਡਮੀ ਅਵਾਰਡ ਮਿਲ ਗਿਆ ਉਹਨੂੰ ਸਭ ਤੋਂ ਵੱਡਾ ਅਵਾਰਡ ਮਿਲ ਗਿਆ ਕੀ ਉਹ ਯੋਗ ਹੈ ਕਿ ਨਹੀਂ ਹੈ ਕੋਈ ਵੀ ਪ੍ਰਕਿਰਿਆ ਜਿਹੜੀ ਹੈ ਨਿਸ਼ਚਿਤ ਨਹੀਂ ਹੈ ਵੀ ਕਿਸ ਨੂੰ ਇਹ ਜਿਹੜਾ ਪੁਰਸਕਾਰ ਮਿਲਣਾ ਕੋਈ ਬੰਦਾ 20 ਸਾਲ ਤੋਂ ਨਹੀਂ ਲਿਖ ਰਿਹਾ ਕਿ ਉਸ ਨੂੰ ਵੀ ਮਿਲਣਾ ਜਾਂ ਕੋਈ ਜਿਵੇਂ 6 ਸਾਲ ਹੈ 6 ਸਾਲ ਤੋਂ ਕਿਸੇ ਵਿਚਾਰੇ ਬੰਦੇ ਦੀ ਡੈਥ ਹੋ ਗਈ ਕੀ ਉਸ ਨੂੰ ਅਸੀਂ ਦੇਣਾ ਜਾਂ ਕੀ ਜਿਹੜਾ ਬਾਅਦ ਉਹ ਅਨਾਊਂਸ ਕਰ ਸਕਦੇ ਕਿ ਨਹੀਂ ਮੰਨ ਲਓ ਹੋ ਸਕਦਾ ਉਸ ਸਾਲਾਂ 'ਚ ਉਹਨੇ ਵਧੀਆ ਕੰਮ ਕੀਤਾ ਹੋਏਗਾ ਹੋਇਆ ਜੀ ਇਸ ਵਾਰ ਵੀ ਇਹ ਖਬਰਾਂ ਲੱਗੀਆਂ ਨੇ ਵੀ ਜਿਹੜਾ ਆਪਣੇ ਕੇ ਦੀਪ ਨੇ ਏਡੇ ਵੱਡੇ ਕਲਾਕਾਰ ਇੰਟਰਨੈਸ਼ਨਲ ਉਹਨਾਂ ਦੀ ਹੁਣ 2020 ਦੇ ਵਿੱਚ ਦੁਖਦਾਈ ਮੌਤ ਹੋਈ ਹੈ ਹੁਣ ਉਹਨਾਂ ਦਾ ਨਾਂ ਸੀਗਾ ਅਖੀਰ ਤੱਕ ਗਿਆ ਅਖੀਰ ਦੇ ਵਿੱਚ ਉਹ ਕੱਟਤਾ ਵੀ ਇਹ ਤਾਂ ਸਵਰਗਵਾਸ ਹੋ ਗਏ ਹੈ ਜੇ ਉਹਨੇ 16-17 ਕਰਨੇ ਵਾਲਾ ਬੰਦਾ ਨਹੀਂ ਰਹੇ ਫਿਰ ਕਿੱਥੋਂ ਨਾਮ ਮਿਲਣਾ ਸੀ ਇਹ ਤਾਂ ਸਿੱਧੀ ਗੱਲ ਹੈ ਅਪਰੋਚ ਵਾਲਾ ਵੀ ਨਹੀਂ ਵੈਸੇ ਵੀ ਚਲੋ ਮੰਨ ਲਓ ਵੀ ਉਹ ਵੱਡਾ ਨਾਂ ਸੀਗੇ ਜੇ ਉਹਨਾਂ ਨੂੰ 16 ਚ ਮਿਲ ਜਾਂਦਾ 17 ਚ ਮਿਲ ਜਾਂਦਾ 18 ਚ ਮਿਲ ਜਾਂਦਾ 19 ਚ ਮਿਲ ਜਾਂਦਾ ਉਹ ਹੱਕਦਾਰ ਸੀ ਹਰ ਸਾਲ ਚ ਫਿਰ ਇਹ ਨਹੀਂ ਪਤਾ ਵੀ ਮੈਂ ਪੁਰਸਕਾਰ ਮੈਨੂੰ ਦੇਣਾ ਮੈਂ 16 ਲਈ ਇਲੀਜੀਬਲ ਹਾਂ 17 ਲਈ ਆ 18 ਲਈ ਆ 19 ਲਈ ਆ 20 ਲਈ ਆ ਕੋਈ ਵੀ ਕੁਛ ਵੀ ਨਹੀਂ ਹੈ ਹੁਣ ਹੁੰਦਾ ਕੀ ਹੈ ਜਿੱਥੇ ਵੱਡੇ ਨੁਕਸ ਨੇ ਔਰ ਜਿੱਥੇ ਭਾਈ ਭਤੀਜਾਵਾਦ ਹੁੰਦਾ ਇਹ 'ਚ 4 ਤਰ੍ਹਾਂ ਦੇ ਲੋਕ ਨੇ ਜਿਹੜੇ ਉਹ ਰਿਕਮੈਂਡ ਕਰਦੇ ਆ ਨਾਂ ਇੱਕ ਤਾਂ ਭਾਸ਼ਾ ਵਿਭਾਗ ਹੈ ਜਿਹੜਾ ਉਹਨਾਂ ਨੂੰ ਫੋਨ ਹੁੰਦੇ ਆ ਉੱਪਰੋਂ ਵੀ ਆਹ ਕਰੋ ਜੀ ਉਹਨਾਂ ਦੇ ਫੋਨ ਆਉਂਦੇ ਆ ਸਰਕਾਰੀ ਕੰਮ ਮਿੱਤਰ ਸੈਨਮੀਤ ਜੀ ਤੁਸੀਂ ਆਪਣਾ ਬਾਇਓਡਾਟਾ ਭੇਜ ਦੋ ਐਤਕੀ ਇਨਾਮ ਤੁਹਾਨੂੰ ਦੇਣਾ ਇਹ ਵੀ ਨਾਲ ਕਿਹਾ ਜਾਂਦਾ ਫਿਰ ਇੱਕ ਤਾਂ ਇਹ ਹੋ ਗਿਆ ਇਹ ਨੀ ਹੈ ਕਈ ਲੇਖਕ ਨੇ ਵਿਚਾਰੇ
ਜਿਨ੍ਹਾਂ ਨੂੰ ਜਦੋਂ ਖਬਰਾਂ ਪੜ੍ਹਦੇ ਆ ਵੀ ਨਾਮ ਦੇਣੇ ਆ, ਉਹ ਖੁਦ ਡਾਟਾ ਭੇਜਦੇ ਆ ਆਪਣਾ ਬਾਇਓਡਾਟਾ। ਦੋ, ਤੀਸਰਾ ਜਿਹੜੇ ਵੱਡਾ ਜਿਹੜਾ ਨੁਕਸ ਹੈ ਨਾ, ਜਿਹੜੇ ਐਡਵਾਈਜ਼ਰੀ ਬੋਰਡ ਹੈ ਉਹਦੇ ਜਿਹੜੇ ਮੈਂਬਰ ਹੈ ਉਹ ਰਿਕਮੈਂਡ ਕਰਦੇ ਆ ਵੀ ਇਹਦਾ ਨਾਮ ਮੈਂ ਪ੍ਰਪੋਜ਼ ਕਰਦਾ, ਇਹਦਾ ਨਾਮ ਮੈਂ ਪ੍ਰਪੋਜ਼ ਕਰਦਾ। ਐਡਵਾਈਜ਼ਰੀ ਬੋਰਡ ਤੇ ਸਿਲੈਕਸ਼ਨ ਬੋਰਡ ਇਹ ਦੋ ਅਲੱਗ ਅਲੱਗ ਚੀਜ਼ਾਂ ਹੈਗਾ। ਇਹਦਾ ਜੇ ਨਾਮ ਦੇਣੇ ਹੈਗੇ ਉਹਦਾ ਇੱਕ ਸਿਲੈਕਸ਼ਨ ਕਮੇਟੀ ਅਲੱਗ ਹੋਵੇ, ਉਹ ਬਿਲਕੁਲ ਕੌਨਫੀਡੈਂਸ਼ੀਅਲ ਹੋਵੇ, ਬਿਲਕੁਲ ਸੀਕ੍ਰੇਟ ਹੋਵੇ। ਉਹ ਐਪਲੀਕੇਸ਼ਨਾਂ ਮੰਗਾ ਕੇ ਉਹਨਾਂ ਨੂੰ ਸਕਰੀਨਿੰਗ ਕਰਕੇ ਦੇ ਦਿਓ। ਹੈਗਾ ਇਹੀ ਤਾਂ ਪ੍ਰੋਸੀਜਰ ਜਿਹੜਾ ਹੈਗਾ, ਜਿਵੇਂ ਸਾਹਿਤ ਅਕੈਡਮੀ ਦਿੱਲੀ ਹੈ ਉਹੀ ਉਹ ਇੱਦਾਂ ਹੀ ਕਰਦੇ ਆ। ਉਹਨਾਂ ਦੇ ਇੱਕ ਰੈਫਰੀਜ਼ ਨੇ ਥੱਲੇ ਗਰਾਊਂਡ ਲੈਵਲ ਤੇ, ਯੂਨੀਵਰਸਿਟੀਆਂ ਦੇ ਪ੍ਰੋਫੈਸਰ ਆਲੋਚਕ ਜੋ ਉਹਨਾਂ ਦੇ ਹੈਗੇ ਆ ਉਹ ਰਿਕਮੈਂਡ ਕਰਦੇ ਆਪਣੇ ਤੌਰ ਤੇ ਪੁਸਤਕਾਂ ਵੀ ਆਹ ਪੁਸਤਕਾਂ ਬਣਦੀਆਂ, ਫਿਰ ਉਹਨਾਂ ਦੇ ਉੱਪਰ ਇੱਕ ਕਮੇਟੀ ਬਣੀ ਹੋਈ ਹੈ, ਫਿਰ ਜਿਊਰੀ ਬਣਦੀ ਹੈ। ਉਹ ਸਾਰਾ ਕੁਝ ਸੀਕਰੇਟ ਹੁੰਦਾ, ਜਿੰਨਾ ਚਿਰ ਅਵਾਰਡ ਹੈ ਜਿਹੜਾ ਉਹ ਅਨਾਊਂਸ ਨਹੀਂ ਹੁੰਦਾ, ਕਿਸੇ ਨੂੰ ਨਹੀਂ ਪਤਾ ਵੀ ਕਿਹੜੀ ਕਿਤਾਬ ਚੱਲ ਰਹੀ ਹੈ, ਕਿਹੜਾ ਜੂਰੀ ਮੈਂਬਰ ਹੈ, ਕਿਹੜਾ ਰੈਫਰੀ ਹੈ। ਇਹ ਇੱਕ ਪ੍ਰੋਸੀਜਰ ਸਾਡੇ ਹਿੰਦੁਸਤਾਨ 'ਚ ਹੀ ਹੈ, ਪਰ ਅਸੀਂ ਫਾਲੋ ਨਹੀਂ ਕਰਦੇ। ਬਾਹਰਲੇ ਤਾਂ ਪਹਿਲਾਂ ਐਡਵਰਟਾਈਜ਼ਮੈਂਟ ਦਿੰਦੇ ਆ ਸਾਲ ਸਾਲ ਪਹਿਲਾਂ ਵੀ ਅਸੀਂ 2021 ਦਾ ਅਵਾਰਡ ਦੇਣਾ, ਟੀਵੀਆਂ 'ਤੇ ਦਿੰਦੇ ਆ ਵੀ ਆਪਣੇ ਰਿਕਮੈਂਡੇਸ਼ਨਾਂ ਭੇਜੋ। ਯੂਨੀਵਰਸਿਟੀਆਂ ਦੇ ਜਿਹੜੇ ਡਿਪਾਰਟਮੈਂਟ ਹੈ ਪੰਜਾਬੀ ਮੰਨ ਲਓ ਉੱਥੇ ਜਾਂਦੀਆਂ ਵੀ ਤੁਸੀਂ ਰਿਕਮੈਂਡ ਕਰੋ, ਪਬਲਿਸ਼ਰਾਂ ਨੂੰ ਕਿਹਾ ਜਾਂਦਾ, ਪ੍ਰਕਾਸ਼ਕਾਂ ਨੂੰ ਵੀ ਤੁਹਾਡੀਆਂ ਕਿਹੜੀਆਂ ਕਿਤਾਬਾਂ ਜਿਹੜੀਆਂ ਵਧੀਆ ਵਿਕੀਆਂ ਉਹਨਾਂ ਨੂੰ ਕਰੋ। ਬਹੁਤ ਕੁਛ ਹੈ, ਕੁਛ ਵੀ ਨਹੀਂ ਹੋ ਰਿਹਾ। ਫਿਰ ਕੀ ਹੈ, ਵੱਡਾ ਨੁਕਸ ਕੀ ਹੈ ਵੀ ਇੱਕ ਜਿਹੜਾ ਐਡਵਾਈਜ਼ਰੀ ਬੋਰਡ ਦਾ ਮੈਂਬਰ ਹੈ ਉਹਨੇ ਨਾ ਰਿਕਮੈਂਡ ਕਰਤਾ ਇੱਕ, ਫਿਰ ਉਹੀ ਸਕਰੀਨਿੰਗ ਕਮੇਟੀ 'ਚ ਹੈ। ਦੇਖੋ ਨਾ, ਮਤਲਬ ਹਾਸੋ ਜਿਹੜੀ ਹੈ ਖਬਰਾਂ ਜਾਂ ਪ੍ਰਕਿਰਿਆ ਕੀ ਹੈ ਵੀ ਜਿਹੜੇ 14 ਮੈਂਬਰੀ ਹੈ ਸਕਰੀਨਿੰਗ ਕਮੇਟੀ, ਉਹਦੇ 'ਚੋਂ 11 ਮੈਂਬਰ ਐਡਵਾਈਜ਼ਰੀ ਬੋਰਡ 'ਚ ਵੀ ਨੇ, ਮੁੱਖ ਬੰਦੇ ਉਹੀ ਨੇ। ਹੁਣ ਉੱਧਰੋਂ ਰਿਕਮੈਂਡ ਕਰਤਾ ਉਸ ਬੰਦੇ ਨੇ, ਇੱਕ ਮੈਂਬਰ ਨੇ ਸਪੋਜ਼ ਕਰੋ, ਉਸੇ ਨੇ ਸਕਰੀਨਿੰਗ ਕਮੇਟੀ 'ਚ ਬਹਿ ਕੇ ਉਹਨੂੰ ਅੱਗੇ ਤੋਰਤਾ, ਅੱਗੇ ਜਦੋਂ ਐਡਵਾਈਜ਼ਰੀ ਬੋਰਡ ਦੀ ਮੀਟਿੰਗ ਹੋਣੀ ਹੈ ਉਹਦੇ ਵਿੱਚ ਵੀ ਉਹ ਬੈਠਾ ਹੈ। ਤੋ ਆਪਣੇ ਨਾਂ ਨੂੰ ਚਲੋ ਖੈਰ, ਇਹ ਹੁਣ ਮੈਨੂੰ ਸਮਝ ਲੱਗ ਗਈ। ਹੁਣ ਮੈਨੂੰ ਇੱਕ ਦੋ ਗੱਲਾਂ ਹੋਰ ਦੱਸੋ, ਜਿਵੇਂ ਦੂਜੀਆਂ ਲੈਂਗੁਏਜ ਹੈਗੇ ਆ ਜਿਵੇਂ ਗੁਜਰਾਤੀ ਆ, ਬੰਗਾਲੀ ਆ, ਉਹ ਵੀ ਨੈਚੁਰਲੀ ਹਰ ਇੱਕ ਜਿਹੜੀ ਸਟੇਟ ਦਿੰਦੀ ਹੋਏਗੀ, ਉਹਨਾਂ ਦਾ ਕੀ ਸਿਲੈਕਸ਼ਨ ਪ੍ਰੋਸੀਜਰ ਹੈਗਾ? ਉਹਨਾਂ ਦਾ ਵੀ ਇੱਦਾਂ ਹੀ ਪੋਲੀਟੀਕਲ ਢਾਂਚੇ ਦਾ ਵੀ ਟ੍ਰਾਂਸਪੇਰੈਂਟ ਆ? ਆਪਣੇ ਹੀ ਜਿਹੜਾ ਹੈਗਾ ਇਹ ਜ਼ਿਆਦਾ ਦਿਨੋ ਦਿਨ ਵਿਗਾੜ ਹੋ ਰਿਹਾ। ਪਹਿਲੀ ਗੱਲ ਤਾਂ ਨਾ ਇੱਥੇ ਜਿਹੜੀ ਇੱਕ ਵੱਡਾ ਨੁਕਸ ਆ ਗਿਆ ਜਿਹਨੂੰ ਪਹਿਲਾਂ ਅਸੀਂ ਕਹਿੰਦੇ ਸੀਗੇ, ਬੜਾ ਵੈਸੇ ਭੈੜੀ ਜੀ ਗੱਲ ਹੈ ਪਰ ਕਰਨੀ ਚਾਹੀ ਬਣਦੀ ਆ, ਵੀ ਬੁਰਕੀਆਂ ਸਰਕਾਰ ਪਾਉਂਦੀ ਹੈ। ਹੁਣ ਕੀ ਹੈ ਵੀ ਜੇ ਪੰਜਾਬੀ ਦੀ ਕੋਈ ਐਜੀਟੇਸ਼ਨ ਚਲਾਉਣੀ ਹੈ ਪੰਜਾਬੀ ਦੇ ਹੱਕ 'ਚ, ਉਹਦੇ ਲਈ ਕੀ ਹੈਗਾ ਵੀ ਜ਼ਿਆਦਾ ਲੇਖ ਸਭਾਵਾਂ ਕਰਨਗੀਆਂ। ਸਾਡੇ ਪੰਜਾਬ 'ਚ 2 ਲੇਖਕਾਂ ਦੀਆਂ ਸਭਾਵਾਂ ਹੈ, ਉਹਨਾਂ ਦੋਨਾਂ ਦੇ ਨੁਮਾਇੰਦੇ ਉੱਥੇ ਅਸੀਂ ਬੋਰਡ 'ਚ ਲੈ ਲੈਂਦੇ ਹਾਂ। ਇੱਕ ਸਾਹਿਤ ਅਕੈਡਮੀ ਲੁਧਿਆਣੇ ਵਾਲੀ ਹੈ, ਕਾਫੀ ਵੱਡਾ ਅਦਾਰਾ ਪੰਜਾਬੀ ਲੇਖਕਾਂ ਦਾ, ਇਹਦਾ ਨੁਮਾਇੰਦਾ ਲੈ ਲਿਆ। ਦਿੱਲੀ ਦੀ ਇੱਕ ਸਭਾ ਉਹਦਾ ਨੁਮਾਇੰਦਾ ਲੈ ਲਿਆ। ਜਿਹੜੇ ਨੁਮਾਇੰਦੇ ਹੈ ਜਿਨ੍ਹਾਂ ਦਾ ਫਰਜ਼ ਤਾਂ ਇਹ ਬਣਦਾ ਵੀ ਉਹ ਆਪਣੀ ਆਪਣੀ ਸਭਾ ਦੇ ਵਧੀਆ ਜਿਹੜੇ ਸਾਹਿਤਕਾਰ ਨੇ ਉਹਨਾਂ ਦਾ ਨਾਂ ਰਿਕਮੈਂਡ ਕਰਨ। ਹੋ ਕੀ ਰਿਹਾ ਹੈ ਪੁਰਾਣੀ ਹਿਸਟਰੀ ਵੀ ਉਹ ਖੁਦ ਹੀ ਲੈ ਜਾਂਦੇ ਹੈ। ਇਸ ਵਾਰ ਜਿਹੜਾ ਦੇਣੇ ਵਾਲਾ, ਉਹ ਮੰਨ ਲਓ ਮੈਂ ਇੰਟਰਵਿਊ ਲੈਣੇ ਵਾਲਾ ਹੈਗਾ ਤੇ ਮੈਂ ਉਹ ਇੰਟਰਵਿਊ ਦੇ ਕਿਵੇਂ ਸਕਦਾ? ਜੇ ਮੈਂ ਉਹਦੇ ਵਿੱਚ ਹੈਗਾ ਤਾਂ ਮੇਰਾ ਆਪਣਾ ਨਾਂ ਕਿਵੇਂ ਆ ਸਕਦਾ ਹੈਗਾ? ਇਹੀ ਇਹੀ ਤਾਂ ਗਲਤ ਪ੍ਰੋਸੀਜਰ ਹੈ, ਕਿਉਂਕਿ ਆਪੇ ਤੁਸੀਂ ਵਿੱਚ ਮੁਜਰਮ ਹੋਵੋ, ਉਹਨੂੰ ਕਹਿਣਾ ਜੀ ਇਹਨੇ ਕੁਛ ਕਸੂਰ ਨਹੀਂ ਕੀਤਾ ਹੈਗਾ, ਇਹ ਕਿੱਥੋਂ ਪੋਸੀਬਲ ਹੈਗਾ? ਜਾਂ ਕੀਤਾ 10 ਲੱਖ ਦਾ ਵਾਰਡ ਇੱਕ ਕੇਂਦਰੀ ਸਭਾ ਦੇ ਪ੍ਰਧਾਨ ਜੀ ਲੈ ਗਏ ਤੇ ਦੂਜਾ 5 ਲੱਖ ਵਾਲਾ ਦੂਜੀ ਸਭਾ ਦੇ ਜਨਰਲ ਸਕੱਤਰ ਲੈ ਗਏ, ਬੜਾ ਬੜੇ ਨੁਕਸ ਨੇ। ਫਿਰ ਇੱਕ ਕੀ ਹੈ ਵੀ ਹੁਣ ਇਹਦੇ ਵਿੱਚੋਂ ਜਿਹੜੇ 10 ਲੱਖ ਵਾਲੇ ਦਿੱਤੇ ਨੇ 6 ਪੁਰਸਕਾਰ, ਉਹਦੇ ਚੋਂ ਘੱਟੋ ਘੱਟ 3 ਦਾ ਮੈਨੂੰ ਪਤਾ, ਉਹਨਾਂ ਨੂੰ 5-5 ਲੱਖ ਵਾਲਾ ਵੀ ਪਹਿਲਾਂ ਮਿਲ ਗਿਆ, ਫਿਰ 10 ਲੱਖ ਵਾਲਾ ਵੀ ਲੈ ਲਿਆ 2-2 ਵਾਰ। ਉਹਦਾ ਘੱਟੋ ਘੱਟ ਇਹ ਨੀ ਹੋਣਾ ਚਾਹੀਦਾ ਕੋਈ, ਘੱਟੋ ਘੱਟ ਮੰਨ ਲਓ ਮੈਨੂੰ ਅੱਜ ਮਿਲ ਗਿਆ ਹੈਗਾ 5 ਲੱਖ ਦਾ, ਵੀ ਉਹਨੂੰ 5 ਸਾਲ ਲਈ ਜਾਂ 7 ਸਾਲ ਲਈ 10 ਸਾਲ ਲਈ ਵਿੱਚ ਗੈਪ ਹੋਵੇ ਤਾਂ ਕਿ ਹੋਰ ਵਧੀਆ ਰਾਈਟਿੰਗ ਕਰ ਲਵਾਂ। ਅੱਛਾ ਇੱਕ ਮੈਨੂੰ ਹੋਰ ਦੱਸੋ, ਜਿਵੇਂ ਤੁਹਾਨੂੰ ਜਿਹੜਾ ਹੈਗਾ ਨੈਸ਼ਨਲ ਸਾਹਿਤ ਅਕੈਡਮੀ ਵੱਲੋਂ ਨਾਮ ਮਿਲਿਆ ਹੈਗਾ, ਜਿਹਨੂੰ ਕੋਈ ਵੱਡੇ ਲੈਵਲ ਦਾ ਨਾਮ ਮਿਲਿਆ, ਤੁਹਾਨੂੰ ਕੋਈ ਸਟੇਟ ਵੱਲੋਂ ਨਾਮ ਮਿਲਿਆ ਕਦੀ ਕੋਈ ਕਿ ਨਹੀਂ? ਨਹੀਂ ਜੀ, ਕਦੇ ਇਹਨਾਂ ਨੇ ਸਾਡੀ ਕਿਤਾਬ ਨੂੰ ਜਿਹੜੀ ਮਤਲਬ ਬੜੀ ਹਾਸੋ ਦੀ ਗੱਲ ਹੈ, 2008 ਦੇ ਵਿੱਚ ਮੈਨੂੰ ਇਹ ਸਾਹਿਤ ਅਕੈਡਮੀ ਪੁਰਸਕਾਰ ਮਿਲਿਆ, ਉਸੇ ਸਾਲ ਸੁਧਾਰ ਘਰ ਨਾਵਲ 'ਤੇ। ਮੈਂ ਸਿਰਫ ਉਦੋਂ 5000 ਰੁਪਏ ਦਾ ਸੀ, ਜਿਹੜੀਆਂ ਉੱਤਮ ਪੁਸਤਕਾਂ ਲਈ ਇਹ ਪੁਰਸਕਾਰ ਦਿੰਦਾ ਭਾਸ਼ਾ ਵਿਭਾਗ, ਮੈਂ ਉਹ ਭੇਜਤੀ ਮੇਰੀ ਪ੍ਰਕਾਸ਼ਕ ਨੇ। ਉਹ 5000 ਵਾਲਾ ਤਾਂ ਮਿਲਿਆ ਨਹੀਂ, ਜਿਹੜਾ ਕਿ ਛੋਟਾ ਜਿਹਾ ਪੁਰਸਕਾਰ ਹੈ ਇਹਨਾਂ ਨੇ ਰੱਦ ਕਰਤਾ ਵੀ ਇਹ ਪੁਸਤਕ ਫਿੱਟ ਨਹੀਂ। ਪਰ ਉਸੇ 2 ਮਹੀਨਿਆਂ ਬਾਅਦ ਹੀ ਸਾਹਿਤ ਅਕੈਡਮੀ ਨੇ
नैशनल अवार्ड देता मैनू क्योंकि मैं आवाज उठाउणा है, मैनू किसी अवार्ड की ना लोड़ है। मैनू कहिंदे ने कई बार आउंदियां गुप्त रमजा भी लै लो, मैं कहा मैं तो आवाज उठाउणी है, सही प्रोसीजर इहदा मिलण का फायदा ही कोई नहीं है। मिलण का फायदा की है जो लोचना नाल दी नाल होण लग जाए, बई लोग निंदण लग जाण अजिहे पुरस्कारां तों लोड की है, नहीं मिलिया मैनू ना, मैं अपलाई नहीं करता। मैं हुण इह सारे जिहड़े योधे है ना साडे कहिंदे आ वी सानूं आप ही मिलिया, ते जे कदे रिकॉर्ड देखो तां इहनां दा बायोडाटा जां तां खुद गिआ जां इहनां ने किसे ना किसे तों पुजवाया। भाषा विभाग उन्ना चिर रिकमेंड ही नहीं कर सकता ना जिन्ना चिर बायोडाटा जाता नहीं। बायोडाटा जाने का मतलब सूचनावां लईआं ने हुण जिहड़ा भाषा विभाग है ना आर टी आई एक्ट क्योंकि थोड़ा जिहा पुराना हो गया हुण इह जिहड़े इहदे विच खामियां जां इहनां दे राह मोरियां लभ लईआं महकमिआं ने हुण की करदे आ पहला तां जिवें भाषा विभाग ते असीं होर दो तीन सूचनावां मंगीआं जिहड़ी सूचना दो तीन पेज की हुंदी है उहदा इह कहिंदे आ 250 पेज की है जी ते तुसीं 500 रुपया भेजो असीं तां भेज दिंदे आ सानूं की है 500 रुपया असीं भेजता फिर भेजदे नहीं ਉਹ ਸੂਚਨਾ ਹੋਰ ਹੀ ਕੂੜਾ ਕਰਕਟ ਇਕੱਠਾ ਕਰਕੇ ਭੇਜ ਦਿੰਦੇ ਆ ਜਿਹੜੀ ਮੰਗੀ ਹੁੰਦੀ ਹੈ ਉਹ ਦਿੰਦੇ ਨਹੀਂ ਤੇ ਜੇ ਉਹਦੀ ਅਪੀਲ ਕਰੀਏ ਉਹ ਜਿਹੜਾ ਭਾਸ਼ਾ ਵਿਭਾਗ ਦਾ ਮਹਿਕਮਾ ਉਹਦੇ ਅਫਸਰ ਕੋਲ ਜਾਣੀ ਹੈ ਉਹ ਦੋ ਦੋ ਸਾਲ ਗੇੜੇ ਖਵਾਈ ਜਾਂਦਾ ਤੇ ਜਿਹੜਾ ਆਰ ਟੀ ਆਈ ਕਮਿਸ਼ਨ ਹੈ ਉਹ ਹੁਣ ਗੌਰਮੈਂਟ ਨੇ ਟੋਟਲੀ ਇੱਕ ਮੰਤਰੀ ਦਾ ਉੱਥੇ ਲੜਕਾ ਬੈਠਾ ਕਿ ਕੋਈ ਪੂਰੇ ਸਿਆਸੀ ਜਿਹੜੇ ਲੋਕ ਨੇ ਉਹ ਸਿਆਸੀਕਰਨ ਹੋ ਗਿਆ ਉਹ ਰੱਦ ਕਰ ਦਿੰਦੇ ਆ ਹੁਣ ਉਹ ਕਹਿਣਗੇ ਵੀ ਪਹਿਲਾਂ ਅਸੀਂ ਲੈਂਦੇ ਰਹੇ ਹਾਂ ਪਹਿਲਾਂ ਮੈਂ ਕਦੇ ਨਹੀਂ ਗਿਆ ਅਪੀਲ ਦੇ ਵਿੱਚ ਕਮਿਸ਼ਨ 'ਚ ਪਰਸਨਲੀ ਹੁਣ ਉਹ ਕਹਿੰਦੇ ਸਵੇਰੇ ਆਓ ਪਰਸਨਲੀ ਆ ਜਾਓ ਪਹਿਲਾਂ ਹਾਜ਼ਰੀ ਲਵਾਓ ਮਹਿਕਮੇ ਵਾਲਾ 2 ਵਜੇ ਆਉਂਦਾ ਮਹਿਕਮੇ ਵਾਲਾ TA ਲੈ ਕੇ ਆਉਂਦਾ ਜਾਂ ਸਰਕਾਰੀ ਗੱਡੀ ਲੈ ਕੇ ਆਉਂਦੇ ਅਫਸਰ ਦੂਜਾ ਬੰਦਾ 100-200-500 ਕਿਲੋਮੀਟਰ ਤੋਂ ਜਾਂਦਾ ਉੱਥੇ ਕਹਿੰਦੇ ਜਾਂਦਾ ਆਪਣੀ ਕਾਰ ਵਿੱਚ ਹਾਂਜੀ ਤੇ ਉਹ ਮਤਲਬ ਭਕਾਈ ਕਰਾ ਕਰਾ ਥਕਾਉਂਦੇ ਆ ਕਦੇ ਤੁਸੀਂ ਘੰਟਾ ਲੇਟ ਹੋ ਗਏ ਕਮਿਸ਼ਨ ਨੇ ਕਹਿਣਾ ਤੁਸੀਂ ਆਏ ਨਹੀਂ ਗੈਰ ਹਾਜ਼ਰੀ ਕਰਤੀ ਜਾਂ ਮਹਿਕਮਾ ਕਹਿੰਦੇ ਜੀ ਅਸੀਂ ਸੂਚਨਾ ਭੇਜਤੀ ਇੱਕ ਦੇਖੋ ਥੋੜ੍ਹੀ ਜਿਹੀ ਗੱਲ ਮੈਂ ਜ਼ਰੂਰੀ ਦੱਸ ਅੱਗੇ ਹੁੰਦਾ ਸੀ ਅਸੀਂ ਕਹਿੰਦੇ ਵੀ ਲਓ ਜੀ ਜੇ ਮਹਿਕਮੇ ਨੇ ਦੇਤੀ ਇੱਕ ਵਾਰੀ ਤੁਸੀਂ ਦਵਾ ਦਿਓ ਪੈਸੇ ਲੈਣੇ ਆ ਫਿਰ ਲੈ ਲਓ ਇਹ 'ਚ ਕੀ ਇਤਰਾਜ਼ ਹੈ ਤੁਸੀਂ ਕਹਿਤਾ ਵੀ ਮੈਂ ਸੂਚਨਾ ਮਿਲ ਗਈ 500 ਰੁਪਏ ਦੇ ਇਹਦਾ ਲੱਗੂਗਾ ਭੇਜਤੀ ਅਸੀਂ ਕਹਿੰਦੇ ਹਾਂ 500 ਹੋਰ ਲੈ ਲਓ ਉਹ ਕਹਿੰਦਾ ਸੀ ਕਮਿਸ਼ਨ ਵੀ ਦੁਬਾਰਾ ਦੇ ਦਿਓ ਲੈਣੇ ਆ ਤਾਂ ਪੈਸੇ ਲੈ ਲਓ ਹੁਣ ਕਹਿੰਦੇ ਭੇਜਤੀ ਬਸ ਤੁਹਾਡੀ ਜਿਹੜੀ ਅਪੀਲ ਹੈ ਡਿਸਮਿਸ ਹੈ ਉਸ ਤੋਂ ਬਾਅਦ ਅਹਾਂ ਹਾਈ ਕੋਰਟ ਜਾਣਾ ਪੈਂਦਾ ਹਾਈ ਕੋਰਟ ਫਿਰ ਤੁਹਾਨੂੰ ਪਤਾ ਖਰਚੇ ਆ ਜਿਹੜੇ ਇਸ ਕਰਕੇ ਹੁਣ ਆਰ ਟੀ ਆਈ 'ਚ ਇਹ ਸੂਚਨਾਵਾਂ ਦਿੰਦੇ ਨਹੀਂ ਉਹ ਲੇਟ ਕਰ ਦਿੰਦੇ ਆ ਥਕਾਉਂਦੇ ਆ ਬੰਦੇ ਨੂੰ ਦੂਜਾ ਜਿਹੜਾ PIL ਹੈ ਉੱਥੇ ਵੀ ਜਿਹੜਾ ਹੈਗਾ ਉੱਥੇ ਵੀ ਸਰਕਾਰ ਜਾਂ ਜਿਹੜੇ ਕੋਰਟਾਂ ਨੇ ਇਹ ਸਾਨੂੰ ਲੱਗਦਾ ਸਰਕਾਰ ਦੇ ਹੱਕ 'ਚ ਬਹੁਤ ਕੁਛ ਹੋ ਰਿਹਾ ਅਸੀਂ ਇੱਕ ਰਿਟ ਮੈਂ ਤੇ ਹਰੀਚੰਦ ਅਰੋੜਾ ਜੀ ਅਸੀਂ ਪਟੀਸ਼ਨਰ ਹਾਂ 2016 ਦੇ ਵਿੱਚ ਅਸੀਂ ਪਾਈ ਸੀ ਵੀ ਪੰਜਾਬ ਜਿਹੜੀਆਂ ਅਦਾਲਤਾਂ ਨੇ ਉਹਦੇ ਵਿੱਚ 2008 ਦਾ ਰਾਜ ਭਾਸ਼ਾ ਐਕਟ ਜਿਹੜੀ ਸੋਧ ਹੋਈ ਉਹਦੇ 'ਚ ਵਿਵਸਥਾ ਕੀਤੀ ਹੈ ਵੀ ਜ਼ਿਲ੍ਹਾ ਅਦਾਲਤਾਂ 'ਚ ਪੰਜਾਬੀ 'ਚ ਕੰਮ ਕਾਰ ਹੋਊ ਨਾਲ ਅੰਗਰੇਜ਼ੀ 'ਚ ਹੋਊ ਨਾਲ ਪੰਜਾਬੀ 'ਚ ਹੋਊ 2008 12 ਸਾਲ ਹੋ ਗਏ ਹਾਲੇ ਤੱਕ ਹਾਈ ਕੋਰਟ ਨੇ ਕੰਮ ਸ਼ੁਰੂ ਨਹੀਂ ਕੀਤਾ ਕਿਉਂ ਨਹੀਂ ਕੀਤਾ ਕਿਉਂਕਿ ਉਹ ਕਹਿੰਦੇ ਸਾਨੂੰ ਬੰਦੇ ਭਰਤੀ ਕਰਕੇ ਦਿਓ ਪੰਜਾਬ ਸਰਕਾਰ ਬੰਦੇ ਨਹੀਂ ਕਰਦੀ ਅਸੀਂ 16 'ਚ ਰਿਟ ਪਾਈ ਸੀ ਵੀ ਹਾਈ ਕੋਰਟ ਜਿਹੜਾ ਹੋਰਾਂ ਦੇ ਅਧਿਕਾਰਾਂ ਦੀ ਰੱਖਿਆ ਦਾ ਇੱਕ ਅਦਾਰਾ ਹੈ ਉਹ ਆਪਣੇ ਆਪ ਆਪਣੇ ਹੀ ਕਾਨੂੰਨ ਲਾਗੂ ਨਹੀਂ ਕਰਦਾ ਹਾਈ ਕੋਰਟ ਨੇ ਤਾਂ ਸਾਡੇ ਉਸ ਰਿਟ ਦਾ ਜਵਾਬ ਦਿੱਤਾ ਵੀ ਅਸੀਂ ਮੰਗ ਰਹੇ ਹਾਂ ਬੰਦੇ ਦਿੰਦੀ ਨਹੀਂ ਪੰਜਾਬ ਸਰਕਾਰ ਚਿੱਠੀਆਂ ਵੀ ਦੇਤੀਆਂ ਪੰਜਾਬ ਸਰਕਾਰ ਨੇ ਅੱਜ ਤੱਕ 4 ਸਾਲ ਹੋ ਗਏ ਜਵਾਬ ਨਹੀਂ ਦਿੱਤਾ 4-4-6 ਮਹੀਨਿਆਂ ਦੀਆਂ ਤਰੀਕਾਂ ਪੈ ਜਾਂਦੀਆਂ ਇਹ ਜਦੋਂ ਆਪਾਂ ਗਰਾਊਂਡ ਲੈਵਲ 'ਤੇ ਆਉਂਦੇ ਹਾਂ ਉਦੋਂ ਹੋਰ ਤਰ੍ਹਾਂ ਦੇ ਰਿਜ਼ਲਟ ਨਿਕਲਦੇ ਨੇ ਥਕਾਉਂਦੇ ਆ ਪਬਲਿਕ ਜਿਹੜਾ ਇੰਟਰਸਟ 'ਚ ਬੰਦਾ ਕੰਮ ਕਰਦਾ ਹੈ ਉਹਦੇ ਪੈਸੇ ਵੀ ਲੱਗ ਜਾਂਦੇ ਆ ਉਹਦੇ ਭਕਾਈ ਵੀ ਹੁੰਦੀ ਹੈ ਨਹੀਂ ਨਿਕਲਦੇ ਨਿਕਲਣੇ ਚਾਹੀਦੇ ਆ ਹਾਂਜੀ ਅੱਛਾ ਇੱਕ ਚਲੋ ਇਹ ਪ੍ਰੋਗਰਾਮ ਫਿਰ ਲੰਬਾ ਹੋ ਜਾਏਗਾ ਜ਼ਿਆਦਾ ਇਹਦਾ ਸੈਕਿੰਡ ਪਾਰਟ ਫੇਰ ਕਰ ਲਿਆਂਗੇ ਕਿਤੇ ਹੋਰ ਐਂਗਲ ਤੋਂ ਅਖੀਰ ਵਿੱਚ ਤੁਸੀਂ 1-2 ਮਿੰਟ 'ਚ ਦੱਸੋ ਇਹ ਦੇਖੋ ਹਰ ਇੱਕ ਨੂੰ ਖੁਸ਼ ਕਰਨਾ ਤਾਂ ਪੋਸੀਬਲ ਨਹੀਂ ਹੁੰਦਾ ਇਹ ਤਾਂ ਅਸੀਂ ਮੰਨ ਕੇ ਚੱਲਦੇ ਹੈਗੇ ਲੇਕਿਨ
ਉਹਦੇ ਵਿੱਚ ਕੰਪਲੀਟ ਟ੍ਰਾਂਸਪੇਰੈਂਸੀ ਵੀ ਹੋਵੇ। ਇਹਦਾ ਇੱਕ ਦੋ ਮਿੰਟ ਚ ਦੱਸੋ ਕੀ ਟ੍ਰਾਂਸਪੇਰੈਂਟ ਪ੍ਰੋਸੀਜਰ ਸਰਕਾਰਾਂ ਅਡਾਪਟ ਕਰਨ ਤਾਂ ਕਿ ਕਿਸੇ ਨੂੰ ਕੋਈ ਸ਼ਿਕਾਇਤ ਦਾ ਮੌਕਾ ਨਾ ਮਿਲੇ। ਬਿਲਕੁਲ, ਇਹ ਬੜਾ ਸੌਖਾ ਹੈ ਜੀ। ਪਹਿਲਾਂ ਤਾਂ ਇੱਕ ਨਿਯਮ ਹੁੰਦੇ ਨੇ, ਜਦੋਂ ਕੋਈ ਨਿਯਮ ਬਣਾਉਣ ਵੀ ਪੰਜਾਬ ਸਰਕਾਰ ਜਿਹੜੇ ਅਵਾਰਡ ਦਿੰਦੀ ਹੈ ਉਹਦੇ ਆਹ ਨਿਯਮ ਹੈ, ਉਹ ਨਿਯਮਾਂ 'ਚ ਕੀ ਹੁੰਦਾ ਵੀ ਕਿਹਨੂੰ ਮਿਲੂਗਾ ਅਵਾਰਡ ਉਹ ਡਿਫਾਈਨ ਕੀਤਾ ਹੁੰਦਾ ਵੀ ਆਹ ਬੰਦਾ ਐਲੀਜੀਬਲ ਹੈ, ਉਹਦੀ ਉਮਰ ਦਾ ਲਾ ਦੇਣ, ਉਹਦੀ ਬੁੱਕਸ ਦਾ ਲਾ ਦੇਣ, ਉਹੀ ਲਾਉਣ, ਉਹਦੀਆਂ ਸ਼ਰਤਾਂ ਲਾਉਣ ਵੀ ਇਹ ਅਵਾਰਡ ਇਹਨਾਂ ਨੂੰ ਮਿਲਣਗੇ। ਫਿਰ ਜਿਹੜੀ ਸਕਰੀਨਿੰਗ ਕਮੇਟੀ ਆ ਉਹਦੇ ਵਰਗੇ ਨੂੰ ਆਉਂਦਾ ਕੁਛ ਨੀ, ਮੈਂ ਉਦਾਂ ਹੀ ਕਿਸੇ ਤੋਂ ਬਾਹਰੋਂ ਦੋ ਬੁੱਕਸ ਤਿੰਨ ਚਾਰ ਲਿਖਾ ਲੈਣਾ, ਹਰ ਸਾਲ ਪੈਸੇ ਹੈਗੇ ਮੇਰੇ ਕੋਲ, ਉਹਨਾਂ ਦੇ ਇਕੱਲੀ ਬੁੱਕਸ ਆ ਥੋੜੀ, ਉਹਦਾ ਕੀ ਕੰਟੈਂਟ ਕੋਈ ਉਹਦਾ ਨਹੀਂ ਕ੍ਰਾਈਟੀਰੀਆ ਹੋਣਾ ਚਾਹੀਦਾ। ਉਹ ਰੂਲ ਜਿਹੜੇ ਬਣਨਗੇ ਫਿਰ ਉਹਦੇ ਚ ਆਵੇ ਵੀ ਪ੍ਰਕਿਰਿਆ ਕੀ ਅਡੋਪਟ ਕਰਨੀ ਹੈ, ਉਹ ਪ੍ਰਕਿਰਿਆ ਦੇ ਵਿੱਚ ਆਵੇ ਵੀ ਜਿਹੜੇ ਨਾਂ ਨੇ ਇਕੱਲੇ ਬਾਇਓਡਾਟਾ ਨਹੀਂ, ਜਿਹੜਾ ਕੋਈ ਰਿਕਮੈਂਡ ਕਰਦਾ ਉਹ ਘੱਟੋ ਘੱਟ 500 ਸ਼ਬਦਾਂ ਦਾ, 2 ਪੇਜ ਦਾ ਉਹਦੀ ਤਾਰੀਫ ਦੇ ਵਿੱਚ ਗੱਲ ਕਰੇ ਵੀ ਕੀ ਹੈ। ਹਾਂਜੀ, ਭਾਸ਼ਾ ਵਿਭਾਗ ਦੇ ਜਿਹੜੇ ਆਫਿਸਰ ਨੇ ਉਹ ਬਹਿ ਕੇ ਉਹਨੂੰ ਦੇਖਣ, ਜਿਹੜੇ ਐਕਸਪਰਟ ਨੇ। ਫਿਰ ਇੱਕ ਕਮੇਟੀ ਹੋਵੇ, ਚੋਣ ਕਮੇਟੀ ਹੋਵੇ, ਉਹਦੇ 'ਚ ਨਾ ਹੁਣ ਮੰਤਰੀ ਬਹਿ ਜਾਂਦਾ ਜੀ, ਮੰਤਰੀ ਦਾ ਕੀ ਕੰਮ ਹੈ ਇਹਨਾਂ ਵਾਰਡਾਂ 'ਚ, ਉਹਨੂੰ ਕੀ ਪਤਾ ਵੀ ਭਾਸ਼ਾ ਦਾ ਸਾਹਿਤਕਾਰ ਕੌਣ ਹੈ, ਗਾਇਕ ਕੌਣ ਹੈ ਜਾਂ ਸੰਸਕ੍ਰਿਤ ਦਾ ਕੌਣ ਹੈ। ਜਦੋਂ ਬਹਿ ਗਿਆ ਉਹਨੇ ਆਪਣੀ ਪੋਲੀਟੀਕਲ ਵਿਲ ਹੈ ਜਿਹੜੀ, ਉਹਦੇ ਮੁਤਾਬਕ ਫੈਸਲੇ ਕਰਾਉਣੇ ਆ। ਉਹਨਾਂ ਨੇ ਉਹ ਨੋਮੀਨੇਟ ਕੀਤੀ ਹੈ 6 ਮਹੀਨੇ ਪਹਿਲਾਂ, ਅੱਖ ਦੀ ਸ਼ਰਮ ਮਾਰਦੀ ਹੈ ਬੰਦੇ ਨੂੰ, 3000 ਅਫਸਰ ਬਹਿ ਜਾਂਦੇ ਆ, ਭਾਸ਼ਾ ਵਿਭਾਗ ਦਾ ਡਾਇਰੈਕਟਰ ਕੀ ਕਰੂਗਾ ਜਦੋਂ ਉੱਥੇ ਭਾਸ਼ਾ ਦਾ ਸੈਕਟਰੀ ਬੈਠਾ, ਚੀਫ ਸੈਕਟਰੀ ਬੈਠਾ। ਇਹ ਸਾਰੀ ਪ੍ਰਕਿਰਿਆ ਇੱਕ ਨਿਸ਼ਚਿਤ ਹੋਵੇ ਔਰ ਉਹਦੇ ਮੁਤਾਬਕ ਜਦੋਂ ਪ੍ਰਕਿਰਿਆ ਹੋਊਗੀ ਤਾਂ ਸਾਰਿਆਂ ਦਾ ਕੁਛ ਨਹੀਂ ਕੀਤਾ ਜਾ ਸਕਦਾ, ਪਰ ਜਦੋਂ ਵਧੀਆ ਚੋਣ ਹੋਊਗੀ, ਕਾਨੂੰਨ ਮੁਤਾਬਕ ਚੋਣ ਹੋਊਗੀ, ਟਰਾਂਸਪੇਰੈਂਟ ਚੋਣ ਹੋਊਗੀ, ਤਾਂ ਲੋਕਾਂ ਨੂੰ ਤਸੱਲੀ ਹੋਊਗੀ। ਹੁਣ ਜਿਹਦੇ ਨਾਂ ਆਏ ਨੇ ਉਹਦਾ ਇੱਕ ਪੈਂਫਲੇਟ ਛਾਪਣੇ ਵੀ ਸਾਡੇ ਕੋਲ ਆਹ ਨਾਂ ਆਏ ਸੀ, ਇਹਨਾਂ ਬੰਦਿਆਂ ਨੇ ਰਿਕਮੈਂਡ ਕੀਤਾ ਇਹਦਾ ਨਾਂ, ਕਿ ਇਹਨਾਂ ਦੀ ਆਹ ਯੋਗਤਾ ਜਿਹਨਾਂ ਨੂੰ ਅਸੀਂ ਪੁਰਸਕਾਰ ਦਿੱਤੇ ਹੈ, ਆਹ ਯੋਗਤਾ ਨਾ ਹੋਣ ਕਰਕੇ ਜਿਹੜੇ ਨਾਂ ਆਏ ਅਸੀਂ ਨਹੀਂ ਦਿੱਤਾ। ਇੱਕ ਛਾਪ ਦੇਣ ਕਿਤਾਬ 'ਚ ਛੋਟਾ ਜਿਹਾ, ਚਾਹੇ ਪੈਸੇ ਲੈ ਲੈਣ ਉਹਦੇ, ਲੋਕਾਂ ਨੂੰ ਪਤਾ ਤਾਂ ਲੱਗੇ ਵੀ ਮੇਰਾ ਨਾਂ। ਹੁਣ ਜਿਵੇਂ ਰਿਜ਼ਲਟ ਨੇ ਹਾਇਰ ਸੈਕੰਡਰੀ ਦੇ BA ਦੇ ਗਜ਼ਟ ਛਪਦਾ, ਸਾਨੂੰ ਪਤਾ ਲੱਗਦਾ ਵੀ ਸਾਡੇ ਮੈਥ 'ਚੋਂ ਇੰਨੇ, ਇੰਗਲਿਸ਼ 'ਚੋਂ ਇੰਨੇ, ਇੱਦਾਂ ਹੀ ਛਾਪਣ ਛਾਪਣ ਵੀ ਆਹ ਨਾਂ ਆਏ, ਆਹ ਜਿਹੜੀ ਸੀਗੀ ਅਸੀਂ ਕਿਉਂ ਰਿਜੈਕਟ ਕੀਤਾ, ਉਹਨੂੰ ਵੀ ਪਤਾ ਲੱਗੇ ਵੀ ਹਾਂ ਭਾਈ। ਇੱਕ ਲਾਸਟ ਸਵਾਲ ਛੋਟਾ ਜਿਹਾ, ਜਿੰਨਾ ਕੁ ਮੇਰੀ ਸਮਝ ਆਉਂਦੀ ਜਿੰਨੀ ਗੱਲਬਾਤ ਤੋਂ, ਵੀ ਲੋਕੀ ਅਵਾਰਡ ਦੇ ਘੱਟ ਤੇ ਉਹ ਜਿਹੜਾ ਪੈਸਾ ਮੋਨੇਟਰੀ ਤੋਂ ਜ਼ਿਆਦਾ ਦੌੜ ਭੱਜ ਲਾਉਂਦੇ ਹੈਗੇ, ਜੇ ਟੋਕਨ ਅਮਾਊਂਟ ਕਰਦੇ 10-15 ਹਜ਼ਾਰ ਫਿਰ ਬਹੁਤਾ ਕੋਈ ਇੱਦਾਂ ਦੌੜ ਭੱਜ ਨਹੀਂ ਕਰੇਗਾ, ਇਨਾਮ ਦਾ ਇਨਾਮ ਹੀ ਇੱਕ ਰੈਕੋਗਨੀਸ਼ਨ ਸੋਸਾਇਟੀ ਵਿੱਚ ਹੋਣੀ ਚਾਹੀਦੀ, ਇਹਦੇ ਬਾਰੇ ਕੀ ਵਿਚਾਰ ਆ? ਬਿਲਕੁਲ, ਅਸੀਂ ਤਾਂ ਇਹ ਹੁਣ ਜੇ ਬਹੁਤੀ ਮੰਗ ਕਰਦੇ ਹਾਂ ਨਾ ਫਿਰ ਲੇਖ ਔਖੇ ਹੋ ਜਾਂਦੇ ਆ ਵੀ ਸਾਨੂੰ ਮਿਲ ਦਿਓ ਯਾਰ, ਕਿਉਂ ਤੁਸੀਂ ਰੋਕਦੇ ਹੋ? ਸਾਨੂੰ ਵੀ ਲੱਗਦਾ ਵੀ ਚਲੋ ਕਿਸੇ ਨੂੰ ਮਿਲਦਾ ਤਾਂ ਚਲੋ ਚੰਗਾ ਹੈ, ਕਈ ਬੰਦਿਆਂ ਦੇ 5 ਲੱਖ ਨਾਲ, ਕਈ 10 ਲੱਖ ਨਾਲ, ਕਈ ਕਬੀਲਦਾਰੀ ਦੇ ਕੰਮ ਚੱਲ ਜਾਂਦੇ ਆ, ਇਹ ਗੱਲ ਤਾਂ ਵਧੀਆ, ਅਵਾਰਡ ਦਾ ਵੱਡਾ, ਪਰ ਇਹਦੇ ਨਾਲ ਜਦੋਂ ਕਰਪਸ਼ਨ ਜੁੜ ਜਾਂਦੀ ਹੈ, ਭੱਜ ਨੱਠ ਜੁੜ ਜਾਂਦੀ ਹੈ, ਤਾਂ ਇਹਦਾ ਜਿਹੜਾ ਵਕਾਰ ਆ ਉਹ ਗਿਰ ਜਾਂਦਾ। ਹੁਣ ਸਾਹਿਤ ਅਕੈਡਮੀ ਦਾ ਜਿਹੜਾ ਨੈਸ਼ਨਲ ਅਵਾਰਡ ਹੈ, ਜਿਹੜਾ ਬਹੁਤ ਹੀ ਪ੍ਰੈਸਟੀਜੀਅਸ ਅਵਾਰਡ ਹੈ, ਉਹਦਾ ਵੀ ਅਮਾਊਂਟ ਅੱਜ ਵੀ ਲੱਖ ਹੈ, ਪਹਿਲਾਂ 5 ਸੀ 10 ਹਜ਼ਾਰ ਕਰਤਾ, ਮੈਨੂੰ ਜਦੋਂ ਮਿਲਿਆ ਥੋੜ੍ਹਾ ਘੱਟ ਕਰ ਦੇਣ, ਮਤਲਬ ਜੇ ਉਹਦਾ ਲੱਖ। ਹਾਂਜੀ, ਇਹਦਾ ਊਂ ਹੁੰਦਾ ਜਿਵੇਂ ਪਦਮ ਸ਼੍ਰੀ ਆ ਉੱਥੇ ਕੀ ਮਿਲਦਾ, ਪਰ ਇੱਕ ਅਵਾਰਡ ਹੈ ਨਾ, ਅਵਾਰਡ ਦਾ ਸਨਮਾਨ ਹੈ ਜਿਹੜਾ, ਉਹਨੂੰ ਪੈਸੇ ਪੈਸੇ ਨਾਲ ਨਾ ਜੁੜਿਆ ਜਾਵੇ, ਉਹਦੀ ਵੈਸੇ ਜੇ ਤੁਸੀਂ ਨਿਰਪੱਖਤਾ ਨਾਲ ਦਿਓਗੇ ਤੁਹਾਡੇ ਸਨਮਾਨ ਦੀ ਵੱਡੀ ਕੀਮਤ ਹੈ। ਤੇ ਜਦੋਂ ਇਹ ਆ ਗਿਆ ਵੀ ਆਪ ਹੀ ਲਿਆਇਆ, ਚਾਹੇ ਉਹ ਮੈਰਿਟ ਹੀ ਹੋਵੇ ਉਹਦੀ, ਫਿਰ ਉਹ ਬਦਨਾਮ ਹੋ ਜਾਂਦਾ, ਤੇ ਉਹ ਜਿਹੋ ਜਿਹਾ ਉਹਨੂੰ ਮਿਲਿਆ ਜਿਹੋ ਜਿਹਾ ਨਾ ਮਿਲਿਆ। ਇਸ ਕਰਕੇ ਪੂਰੀ ਇੱਕ ਕਾਨੂੰਨੀ ਪ੍ਰਕਿਰਿਆ ਅਡੋਪਟ ਕਰਨੀ ਚਾਹੀਦੀ ਹੈ, ਨਿਯਮ ਬਣਾਉਣੇ ਚਾਹੀਦੇ ਹੈ, ਉਹਦੇ ਮੁਤਾਬਕ ਜਿਹੜੀ ਚੋਣ ਪ੍ਰਕਿਰਿਆ ਉਹ ਸੀਕਰਟ ਰੱਖ ਕੇ ਕਰਕੇ, ਫਿਰ ਉਦੋਂ ਬਾਅਦ ਇਨਾਮ ਦੇਣ ਤੋਂ ਬਾਅਦ ਕੌਣ ਸਕਰੀਨਿੰਗ ਕਮੇਟੀ ਸੀ, ਕਿਹਦੇ ਨਾਂ ਆਏ, ਕਿਹੜਾ ਡਿਜ਼ਰਵ ਕੀਤਾ, ਉਹਨੂੰ ਕਿਉਂ ਦਿੱਤਾ, ਜਿਹਦਾ ਰੱਦ ਹੋਇਆ ਉਹ ਕਿਉਂ ਹੋਇਆ, ਛਾਪ ਦਿੱਤਾ ਜਾਵੇ। ਬਿਲਕੁਲ ਛਾਪ ਦਿੱਤਾ, ਆਪਾਂ ਗਜਟ ਛਾਪਦੇ ਜੀ ਇੰਨੇ ਇੰਨੇ ਪੇਜਾਂ ਦੇ, ਆਪਾਂ ਕੋਈ ਨਵੀਂ ਗੱਲ ਤਾਂ ਆਪਾਂ ਕਰ ਨਹੀਂ ਰਹੇ। ਇਹ ਫਿਰ ਲੋਕਾਂ ਨੂੰ ਆਪੀ ਤਸੱਲੀ ਹੋਊਗੀ ਵੀ ਹਾਂ ਬਾਈ ਮੈਂ ਇਸ ਲਈ ਰਹਿ ਗਿਆ। ਜਿਹੜਾ 2 ਕਿਤਾਬਾਂ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰੀ ਸੀ ਵੀ ਚਾਹੇ 2 ਕਿਤਾਬਾਂ ਹੋਣ, ਇਹ ਕੋਈ ਕ੍ਰਾਈਟੀਰੀਆ ਨਹੀਂ ਵੀ 2 ਵਾਲਾ ਵੱਡਾ ਲੇਖਕ ਨਹੀਂ ਹੋ ਸਕਦਾ, 2 ਲਿਖੀਆਂ ਵੀ ਬੇਕਾਰ ਹੋ ਸਕਦੀਆਂ, ਪਰ ਉਹਨੂੰ ਪਤਾ ਤਾਂ ਲੱਗੇ ਨਾ ਵੀ ਜਿਹਨੂੰ 2 ਵਾਲੇ ਨੂੰ ਦਿੱਤਾ ਹੈ ਉਹਦੀ ਕਿਉਂ ਮੈਰਿਟ ਬਣ ਗਈ, 1 ਸਾਲ 'ਚ ਕਿਉਂ ਚਮਕ ਗਿਆ ਉਹ, ਤੇ ਮੈਂ 5 ਵਾਲਾ ਕਿਉਂ ਪਿੱਛੇ ਰਹਿ ਗਿਆ। ਇਹ ਥੋੜ੍ਹੀ ਜਿਹੀ ਇੱਕ ਤਸੱਲੀ ਬਖਸ਼
गवर्नमेंट नूं जिहड़े रूल है बनाने चाहिए है तां जो साहित्यकार है उन्हां दा सन्मान सही होवे। एक पासे पात्र साहब पोएट्री लिखणगे उहदी वैल्यू है, एक मेरे वर्गा तुकबंदी कर लेगा उहदी कोई वैल्यू नहीं। इहदा दी कोई डिस्क्रिप्शन जरूर होनी चाहीदी हैगी। ਤੁਸੀਂ ਆਪਣੇ ਮੀਰ ਸਾਹਿਬ ਸਾਡੇ ਪ੍ਰੋਗਰਾਮ ਵਿੱਚ ਜੁੜੇ, ਸਾਡਾ ਪਰਪਜ਼ ਹੈਗਾ ਜਿੱਥੇ ਕਿਤੇ ਕੋਈ ਟ੍ਰਾਂਸਪਰੈਂਸੀ ਦੀ ਕਮੀ ਆ ਉਹ ਉਹਦੇ ਵਿੱਚ ਦੂਰ ਕਰਕੇ ਤਾਂ ਕਿ ਮੇਜਰ ਵਰਗ ਆ ਉਹਨੂੰ ਜਿਹੜਾ ਹੈਗਾ ਸੰਤੁਸ਼ਟ ਕੀਤਾ ਜਾ ਸਕੇ ਵੀ ਇਹ ਜਿਹੜੇ ਨਾਮ ਆ ਹਰ ਸਾਲ ਮਿਲਣੇ ਹੈਗੇ ਜਾਂ ਮਿਲਦੇ ਹੈਗੇ ਆ ਉਹ ਸਹੀ ਜਿਹੜੇ ਕੈਂਡੀਡੇਟਸ ਆ ਸਹੀ ਜਿਹੜੇ ਡਿਜ਼ਰਵਿੰਗ ਹੈਗੇ ਉਹਨਾਂ ਨੂੰ ਮਿਲਣ। ਤੁਸੀਂ ਆਪਣੇ ਬੜੇ ਵਧੀਆ ਤਰੀਕੇ ਨਾਲ ਵਿਚਾਰ ਪ੍ਰਗਟ ਕੀਤੇ ਹੈਗੇ, ਬਹੁਤ ਬਹੁਤ ਮਿਹਰਬਾਨੀ। ਅਗਾਂਹ ਵੀ ਕਦੀ ਕਦੀ ਅਸੀਂ ਕਿਸੇ ਟੋਪਿਕ ਤੇ ਇਕੱਠੇ ਹੋਇਆ ਕਰਾਂਗੇ। ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ ਵੈਰੀ ਮਚ। ਧੰਨੀ ਮੇਰੇ ਵੱਲੋਂ ਵੀ, ਤੁਸੀਂ ਮੌਕਾ ਦਿੱਤਾ ਇੱਕ ਗੰਭੀਰ ਔਰ ਇੱਕ ਕਰੰਟ ਟੋਪਿਕ ਤੇ ਗੱਲ ਕਰਨ ਦਾ, ਬਹੁਤ ਬਹੁਤ ਮਿਹਰਬਾਨੀ ਜੀ, ਧੰਨਵਾਦ। ਥੈਂਕ ਯੂ। ਆਪਣੀ ਕੰਟੀਨਿਊ ਰੱਖੋ ਰਾਈਟਿੰਗ, ਕੋਈ ਗੱਲ ਨਹੀਂ, ਇਨਾਮ ਆਉਂਦੇ ਜਾਂਦੇ ਰਹਿੰਦੇ। ਮੈਂ ਤਾਂ ਕਦੇ ਕਰਿਆ ਹੀ ਨਹੀਂ, ਮੈਂ ਤਾਂ ਇਨਾਮ ਕੀਤਾ। ਮੈਂ ਤਾਂ ਕਹਿਣਾ ਵੀ ਜੇ ਮੈਂ ਅਪਲਾਈ ਕੀਤਾ ਹੋਵੇ ਫਿਰ ਇਹ ਐਲੀਗੇਸ਼ਨ ਲਾਉਣਗੇ ਮੇਰੇ ਤੇ। ਇਸ ਕਰਕੇ ਪਹਿਲਾਂ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖ ਕੇ ਫਿਰ ਗੱਲ ਕਰ। ਠੀਕ ਹੈ, ਥੈਂਕ ਯੂ ਸਰ।